ਪਰਮਜੀਤ ਸਿੰਘ ਮੰਡ ਮੁੱਖ ਬੁਲਾਰਾ ਦਲ ਖਾਲਸਾ। ਅੱਜ ਨਵੇਂ ਸਾਲ ਦੀ ਸ਼ੁਰੂਆਤ ਹੋਈ ਆ ਦੇਸੀ ਮਹੀਨਿਆਂ ਦੇ ਮੁਤਾਬਕ, ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਲ ਖਾਲਸਾ ਵੱਲੋਂ ਨਵੇਂ ਸਾਲ ਦਾ ਮੂਲ ਨਾਨਕਸ਼ਾਹੀ ਕੈਲੰਡਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਤੋਂ ਬਾਅਦ ਸੰਗਤਾਂ ਨੂੰ ਭੇਂਟ ਕੀਤਾ ਗਿਆ ਹੈ, ਕੌਮ ਦੇ ਸਾਹਮਣੇ ਰੱਖਿਆ ਗਿਆ ਹੈ। ਇਹ ਉਹ ਮੂਲ ਨਾਨਕਸ਼ਾਹੀ ਕੈਲੰਡਰ ਹੈ ਜਿਹੜਾ 2003 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਇਜਲਾਸ ਨੇ ਪਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੇ ਸਾਰੀ ਕੌਮ ਨੂੰ ਸਮਰਪਿਤ ਕੀਤਾ ਸੀ, ਔਰ ਲਗਭਗ 7 ਸਾਲ ਕੌਮ ਇਸ ਕੈਲੰਡਰ ਦੇ ਉੱਤੇ ਇੱਕਜੁੱਟ ਰਹੀ। ਔਰ ਫਿਰ 2010 ਦੇ ਵਿੱਚ ਇੱਕ ਮਿਲਗੋਬਾ ਬਣਾਇਆ ਗਿਆ, ਅੱਧੀਆਂ ਤਰੀਕਾਂ ਬਿਕਰਮੀ ਵਾਲੀਆਂ ਲੈ ਲਈਆਂ ਅਤੇ ਅੱਧੀਆਂ ਮੂਲ ਨਾਨਕਸ਼ਾਹੀ ਕੈਲੰਡਰ ਵਾਲੀਆਂ ਰਹਿਣਤੀਆਂ, ਅਤੇ ਉਹ 2010 ਦੇ ਵਿੱਚ ਇੱਕ ਮਿਲਗੋਬਾ ਕੌਮ ਦੇ ਵਿੱਚ ਜਿਹੜਾ ਉਹ ਸੁੱਟ ਦਿੱਤਾ ਗਿਆ। ਉਸ ਤੋਂ ਬਾਅਦ ਕੌਮ ਦੇ ਵਿੱਚ ਦੁਬਿਧਾ ਪੈਦਾ ਹੋਈ, ਇੱਕ ਭੰਬਲ ਭੂਸਾ ਪੈਦਾ ਹੋਇਆ, ਔਰ ਇਸ ਤੋਂ ਵੀ ਅੱਗੇ ਵੱਧ ਕੇ ਫਿਰ 2015 ਦੇ ਵਿੱਚ ਜਾ ਕੇ ਉਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰੀ ਤਰ੍ਹਾਂ ਦੇ ਨਾਲ ਬਿਕਰਮੀ ਕਰ ਦਿੱਤਾ ਗਿਆ ਅਤੇ ਨਾ ਉਹਦਾ ਫਿਰ ਵੀ ਮੂਲ ਨਾਨਕਸ਼ਾਹੀ ਰੱਖਿਆ। ਅਤੇ ਅੱਜ ਜਿਹੜਾ ਕੈਲੰਡਰ ਸ਼੍ਰੋਮਣੀ ਕਮੇਟੀ ਛਾਪ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਰਿਲੀਜ਼ ਕਰਾਉਂਦੀ ਆ, ਉਹ ਇੱਕ ਬਿਕਰਮੀ ਕੈਲੰਡਰ ਆ ਜਿਸ ਦੇ ਉੱਤੇ ਨਾਮ ਨਾਨਕਸ਼ਾਹੀ ਕੈਲੰਡਰ ਵਰਤਿਆ ਜਾਂਦਾ। ਪਰ ਜਿਹੜਾ ਕੈਲੰਡਰ ਅੱਜ ਜਾਰੀ ਕੀਤਾ ਗਿਆ ਆ ਇਹ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਆ, ਔਰ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਉਹ ਦੋਵੇਂ ਧੜੇ ਜਿਹੜੇ ਧੜੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਵਕਾਲਤ ਕਰਦੇ ਨੇ ਅਤੇ ਜਿਹੜਾ ਧੜਾ ਬਿਕਰਮੀ ਕੈਲੰਡਰ ਦੀ ਵਕਾਲਤ ਕਰਦਾ ਹੈ, ਦੋਵੇਂ ਕੌਮ ਦੇ ਹਿੱਸੇ ਨੇ। ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਇਸ ਇਸ਼ੂ ਨੂੰ ਸੰਜੀਦਗੀ ਦੇ ਨਾਲ ਲੈਣਾ ਚਾਹੀਦਾ ਹੈ, ਔਰ ਕੌਮ ਦੇ ਵਿੱਚੋਂ ਦੁਬਿਧਾ ਦੂਰ ਕਰਨ ਦੇ ਲਈ ਇੱਕ ਸੀਰੀਅਸ ਸਿਟਿੰਗਸ ਜਿਹੜੀਆਂ ਨੇ ਉਹ ਦੋਵਾਂ ਧੜਿਆਂ ਦੀਆਂ ਕਰਾਉਣੀਆਂ ਚਾਹੀਦੀਆਂ ਹੈ, ਤਾਂ ਕਿ ਕੌਮ ਦੇ ਵਿੱਚੋਂ ਤਰੀਕਾਂ ਸੰਬੰਧੀ ਗੁਰਪੁਰਬਾਂ ਪ੍ਰਤੀ ਪਈ ਹੋਈ ਦੁਬਿਧਾ ਜਿਹੜੀ ਆ ਉਹ ਪੱਕੇ ਤੌਰ 'ਤੇ ਦੂਰ ਹੋ ਸਕੇ। ਇਸ ਸਾਲ ਦਾ ਜਿਹੜਾ ਕੈਲੰਡਰ ਆ ਉਹ ਅਸੀਂ ਸਮਰਪਿਤ ਕੀਤਾ ਆ ਦਰਬਾਰ ਸਾਹਿਬ ਉੱਤੇ ਭਾਰਤ ਵੱਲੋਂ ਕੀਤੇ ਗਏ ਹਮਲੇ ਨੂੰ। ਇਸ ਸਾਲ 40 ਸਾਲ ਪੂਰੇ ਹੋ ਜਾਣੇ ਨੇ ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੇ। ਇਸ ਸਾਲ 40 ਸਾਲ ਪੂਰੇ ਹੁੰਦੇ ਨੇ ਦਿੱਲੀ ਸਿੱਖ ਕਤਲੇਆਮ ਦੇ। ਇਸ ਸਾਲ 40 ਸਾਲ ਪੂਰੇ ਹੁੰਦੇ ਨੇ ਕੌਮੀ ਰੂਪ ਦੇ ਵਿੱਚ ਖਾਲਿਸਤਾਨ ਸੰਘਰਸ਼ ਦੇ, ਔਰ ਇਹ ਕੈਲੰਡਰ ਇਹਨਾਂ ਸਾਰਿਆਂ ਨੂੰ ਸਮਰਪਿਤ ਕੀਤਾ ਗਿਆ ਆ, ਉਹਨਾਂ ਨੂੰ ਸਮਰਪਿਤ ਕੀਤਾ ਗਿਆ ਜਿਨ੍ਹਾਂ ਨੇ ਅੱਜ ਤੋਂ 40 ਸਾਲ ਪਹਿਲਾਂ ਭਾਰਤੀ ਫੌਜ ਦਾ ਮੁਕਾਬਲਾ ਕੀਤਾ, ਔਰ ਪਿਛਲੇ 40 ਸਾਲਾਂ ਦੇ ਵਿੱਚ ਕੌਮੀ ਸੰਘਰਸ਼ ਦੀ ਪ੍ਰਾਪਤੀ ਦੀ ਸ਼ਹਾਦਤਾਂ ਦਿੱਤੀਆਂ। ਉਹਨਾਂ ਨੂੰ ਸਮਰਪਿਤ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ 40 ਸਾਲਾਂ ਦੇ ਵਿੱਚ ਜਲਾਵਤਨੀਆਂ ਹੰਢਾਈਆਂ ਨੇ ਅਤੇ ਹੰਢਾ ਰਹੇ ਨੇ। ਉਹਨਾਂ ਨੂੰ ਸਮਰਪਿਤ ਕੀਤਾ ਗਿਆ ਜਿਹੜੇ ਇਹਨਾਂ 40 ਸਾਲਾਂ ਦੇ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਚੱਲ ਰਹੇ ਸੰਘਰਸ਼ ਦੇ ਲਈ ਜੇਲ੍ਹਾਂ ਦੇ ਵਿੱਚ ਬੰਦ ਹੋਏ ਨੇ ਅਤੇ ਅੱਜ ਵੀ ਬੰਦ ਨੇ, ਜਾਂ ਜਿਨ੍ਹਾਂ ਨੇ ਵੀ ਜੇਲ੍ਹਾਂ ਕੱਟੀਆਂ। ਇਹ ਕੈਲੰਡਰ ਉਹਨਾਂ ਨੂੰ ਵੀ ਸਮਰਪਿਤ ਕੀਤਾ ਗਿਆ ਜਿਹੜੇ ਧਰਮੀ ਫੌਜੀਆਂ ਨੇ ਇਸ ਹਮਲੇ ਦੇ ਵਿਰੋਧ ਦੇ ਵਿੱਚ ਆਪਣੀਆਂ ਨੌਕਰੀਆਂ ਛੱਡੀਆਂ ਸੀ। ਸੋ ਇਹ ਸਾਰਾ ਕੈਲੰਡਰ ਜਿਹੜਾ ਉਸ 40 ਸਾਲ ਦੀ ਸੰਘਰਸ਼ ਦੀ ਲਗਾਤਾਰਤਾ ਨੂੰ ਦਰਸਾਉਂਦਾ ਆ, ਅੱਜ ਜਾਰੀ ਕੀਤਾ ਗਿਆ। ਔਰ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਕੇ ਅਸੀਂ ਇਹ ਵਚਨਬੱਧਤਾ ਦੁਹਰਾਈ ਆ ਕਿ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ, ਜਦੋਂ ਤੱਕ ਪੰਜਾਬ ਖਾਲਿਸਤਾਨ ਦੇ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਰੂਪਮਾਨ ਨਹੀਂ ਹੋ ਜਾਂਦਾ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਔਰ ਫਿਰ ਅਖੀਰ 'ਤੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ ਕੈਲੰਡਰ ਦਾ ਦੁਬਿਧਾ ਕੌਮ ਦੇ ਵਿੱਚ ਪਈ ਆ ਉਹਨੂੰ ਦੂਰ ਕੀਤੀ ਜਾਵੇ, ਔਰ ਕੌਮ ਨੂੰ ਇੱਕ ਕੈਲੰਡਰ ਜਿਹੜਾ ਸਾਰੀ ਕੌਮ ਜਿਹਨੂੰ ਮੰਨੇ ਉਹ ਕੌਮ ਦੇ ਅੱਗੇ ਰੱਖਿਆ ਜਾਵੇ। ਜ਼ਰੂਰੀ ਕਿਉਂ ਆ
ਹਰ ਕੌਮ ਦਾ ਦੁਨੀਆ ਦੇ ਵਿੱਚ ਆਪਣਾ ਕੈਲੰਡਰ ਆ। ਕੈਲੰਡਰ ਕੌਮਾਂ ਦੀ ਜਿਹੜੀ ਨਿਆਰੀ ਹੋਣ ਦੱਸਦੀ ਹੁੰਦੀ ਆ ਨਾ, ਉਹਨਾਂ ਦੇ ਜਿਹੜੇ ਪ੍ਰਤੀਕ ਹੁੰਦੇ ਨੇ ਉਹਨਾਂ 'ਚੋਂ ਇੱਕ ਕੈਲੰਡਰ ਹੁੰਦਾ, ਔਰ ਇਹ ਕੈਲੰਡਰ ਸਾਨੂੰ ਇੱਥੇ ਦੀ ਬਹੁ ਗਿਣਤੀ ਹਿੰਦੂਤਵ ਤੋਂ ਅਲੱਗ ਕਰਦਾ। ਸਾਡੀ ਨਿਆਰੀ ਹੋਣ ਦੱਸਦੀ ਦਾ ਪ੍ਰਤੀਕ ਆ ਇੱਕ ਸਾਡਾ ਮੂਲ ਨਾਨਕ ਸ਼ਾਹੀ ਕੈਲੰਡਰ। ਔਰ ਜਦੋਂ ਅਸੀਂ ਬਿਕਰਮੀ ਦੇ ਵਿੱਚ ਦੁਬਾਰਾ ਚਲੇ ਜਾਂਦੇ ਹਾਂ ਤਾਂ ਸਾਨੂੰ ਫਿਰ ਹਿੰਦੂਤਵ ਦੇ ਵਿੱਚ ਰਲ ਕੱਢ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਸੋ ਆਪਣੀ ਨਿਆਰੀ ਹੋਣ ਦੱਸਦੀ ਦੇ ਪ੍ਰਤੀਕ ਨੂੰ ਅਸੀਂ ਬਚਾਈਏ। ਔਰ ਅਖੀਰ ਤੇ ਫਿਰ ਮੈਂ ਇੱਕ ਵਾਰ ਫਿਰ ਤੀਸਰੀ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦਾ ਹਾਂ, ਔਰ ਅਸੀਂ ਇੱਕ ਲੈਟਰ ਵੀ ਲਿਖਿਆ। ਅੱਜ ਅਕਾਲ ਤਖਤ ਸਾਹਿਬ ਦਾ ਸਕੱਤਰੇਤ ਦੇ ਉੱਤੇ ਛੁੱਟੀ ਹੁੰਦੀ ਆ, ਪਰ ਅਸੀਂ ਇਹ ਲੈਟਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚਦਾ ਕਰਾਂਗੇ, ਔਰ ਇਹ ਕਾਪੀ ਇੱਕ ਮੂਲ ਨਾਨਕ ਸ਼ਾਹੀ ਕੈਲੰਡਰ ਦੀ ਵੀ ਉਹਨਾਂ ਨੂੰ ਦਿੱਤੀ ਜਾਏਗੀ। ਜਿਸ ਲੈਟਰ ਦੇ ਵਿੱਚ, ਜਿਸ ਖੱਤ ਦੇ ਵਿੱਚ ਅਸੀਂ ਇਸ ਮੂਲ ਨਾਨਕ ਸ਼ਾਹੀ ਕੈਲੰਡਰ ਦਾ ਪੂਰਾ ਪਿਛੋਕੜ ਲਿਖਿਆ, ਕਿਵੇਂ ਇਹ ਹੋਂਦ 'ਚ ਆਇਆ,